ਪਤੀ ਪਤਨੀ ਦੇ ਚੱਲ ਰਹੇ ਆਪਸੀ ਵਿਵਾਦ ਚ ਦੋ ਔਰਤਾਂ ਤੇ ਇੱਕ ਮਾਸੂਮ ਬੱਚੀ ਉਸ ਸਮੇਂ ਗੰਭੀਰ ਜ਼ਖਮੀ ਹੋ ਗਈ। ਨਿੱਜੀ ਹਸਪਤਾਲ ਚ ਜੇਰੇ ਇਲਾਜ ਪੀੜਤਾ ਮਨਦੀਪ ਕੌਰ ਪਤੀ ਪਤਨੀ ਯੁਗਰਾਜ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਨਾਲ ਐਕਟਿਵਾ ਤੇ ਰਿਸ਼ਤੇਦਾਰਾਂ ਕੋਲ ਜਾ ਰਹੀ ਸੀ। ਸਾਡਾ ਪਿੱਛਾ ਕਰ ਰਹੇ ਮੇਰੇ ਜੇਹ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਐਕਟਿਵਾ ਨੂੰ ਕਾਰ ਦੀ ਟੱਕਰ ਮਾਰ ਕੇ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਮੰਗ ਕਰਦੇ ਹਾਂ ਕਿ ਮੇਰੇ ਜੇਠ ਜਿਠਾਣੀ ਤੇ ਸਹੁਰੇ ਪਰਿਵਾਰ ਤੇ ਸਖਤ ਕਾਰਵਾਈ ਹੋਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ। ਇਸ ਸੰਬੰਧੀ ਜਦੋਂ ਪੀੜਤਾ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੇ ਇਨਕਾਰ ਕਰਦੇ ਚਲੇ ਗਏ। ਮਨਦੀਪ ਆ, ਮੈਂ ਪਿੰਡ ਮੇਰੇ ਪੇਕੇ ਨੂਰ ਦੀ ਆ ਅਤੇ ਮੈਂ ਆਪਣੇ ਬੱਚਿਆਂ ਨੂੰ ਮਿਲਣ ਲਈ ਗਈ, ਸਕੂਲ ਮਿਲਣ ਲਈ ਜਾ ਰਹੀ ਸੀ। ਉੱਥੇ ਮੈਂ ਗਈ ਸਕੂਲ ਅਤੇ ਮੇਰੇ ਬੱਚੇ ਜਿਹੜੇ ਆ ਮੈਨੂੰ ਵੇਖ ਕੇ ਮਤਲਬ ਕਹਿਣ ਲੱਗ ਪਏ ਕਿ ਮੰਮਾ ਅਸੀਂ ਨਾਲ ਹੀ ਜਾਣਾ ਤੁਹਾਡੇ, ਸਾਨੂੰ ਪਾਪਾ ਮਾਰਦੇ ਆ, ਸਾਨੂੰ ਹੁਣੇ ਲੈ ਕੇ ਜਾਓ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਨਾਲ ਉੱਥੋਂ ਬਿਠਾ ਕੇ ਨਿਕਲ ਗਈ। ਸਾਰੇ ਮਤਲਬ ਮੇਰੇ ਪਿੱਛੇ ਲੱਗ ਗਏ, ਬੱਸਾਂ ਵਾਲੇ ਸਕੂਲ ਦੇ ਸਾਰੇ ਮੋਟਰਸਾਈਕਲਾਂ ਦੇ ਪਿੱਛੇ ਆ ਗਏ। ਜਦੋਂ ਥੋੜ੍ਹਾ ਅੱਗੇ ਚੱਲ ਗਏ ਅੱਗੇ ਜਾ ਕੇ ਅਤੇ ਮੇਰਾ ਜੇਠ ਗੱਡੀ ਦੇ ਵਿੱਚ ਵਾਈਟ ਗੱਡੀ ਦੇ ਵਿੱਚ ਵੇਖਿਆ, ਅਸੀਂ ਕਸੇਲ ਵਾਲੀ ਸੜਕ 'ਤੇ ਚੱਲ ਗਏ। ਉਹਨਾਂ ਨੇ ਪਿੱਛੋਂ ਸਾਨੂੰ ਇੰਨੀ ਕੁ ਜ਼ੋਰ ਨਾਲ ਟੱਕਰ ਮਾਰੀ ਸਾਈਡ ਕਿ ਅਸੀਂ ਜਾ ਕੇ ਪਹਿਲੇ 'ਚ ਡਿੱਗ ਗਏ। ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਅਸੀਂ ਕਿੱਥੇ, ਨਾਲ ਦੇ ਪਿੰਡ ਵਾਲਿਆਂ ਨੇ ਚੁੱਕਿਆ ਸਾਨੂੰ। ਉਸ ਤੋਂ ਬਾਅਦ ਅਸੀਂ ਇਸ ਟਾਈਮ 'ਤੇ ਇੱਥੇ ਹੋਸਪਿਟਲ ਹਾਂ। ਮੇਰੀ ਬੱਚੀ ਛੋਟੀ ਨੂੰ ਬਹੁਤ ਜ਼ਿਆਦਾ ਚੋਟ ਲੱਗੀ ਆ, ਬਾਂਹ 'ਤੇ ਉਹਦੀ ਹੱਡੀ ਟੁੱਟ ਗਈ ਆ, ਮੇਰੇ ਆਪ ਦੇ ਵੀ ਗੁੱਟ ਦੀ ਹੱਡੀ ਟੁੱਟ ਗਈ ਆ, ਅਤੇ ਮੇਰੀ ਸਿਸਟਰ ਜਿਹੜੀ ਮੇਰੀ ਭੈਣ ਆ ਉਹਦੇ ਮੂੰਹ 'ਤੇ ਸਟਿੱਚ ਲੱਗੇ ਹੋਏ, ਸਾਰਾ ਫੇਸ ਖਰਾਬ ਹੋ ਗਿਆ ਉਹਦਾ ਜੋ ਕਿ ਐਕਟਿਵਾ ਚਲਾ ਰਹੀ ਹਰਪ੍ਰੀਤ। ਹਾਂਜੀ, ਮੈਂ ਇਨਸਾਫ ਚਾਹੁੰਦੀ ਹਾਂ ਕਿ ਮੇਰੇ ਸਹੁਰਿਆਂ ਨੇ ਮੈਨੂੰ ਦੁਖੀ ਕੀਤਾ, ਮੈਂ ਆਪਣੇ ਬੱਚੇ, ਬਸ ਉਹਨਾਂ ਤੋਂ ਇਹੋ ਗੁਜ਼ਾਰਿਸ਼ ਮੈਨੂੰ ਮੇਰੇ ਬੱਚੇ ਦਵਾਏ ਜਾਣ। ਮੈਂ ਆਪਣੇ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੀ ਹਾਂ ਅਤੇ ਮੈਂ ਉਸ ਘਰ 'ਚ ਉੱਥੇ ਨਹੀਂ ਜਾਣਾ ਚਾਹੁੰਦੀ, ਮੈਨੂੰ ਇਨਸਾਫ। ਹਾਂਜੀ, ਮੇਰੇ ਬੱਚੇ ਖੋ ਕੇ ਖੜ ਲੈ ਜਾਂਦੇ ਆ ਫਿਰ ਕਿ ਅਸੀਂ ਨਹੀਂ ਉੱਥੇ ਰਹਿਣ ਦੇਣੇ, ਤਾਂ ਪੇਕੇ ਨਹੀਂ ਰਹਿਣ ਦੇਣੇ, ਤੇਰੇ ਨਾਲ ਨਹੀਂ ਰਹਿਣ ਦੇਣੇ। ਇਸ ਕਰਕੇ ਮੈਂ ਆਪਣੇ ਬੱਚੇ ਲੈ ਆਈ, ਮੇਰੇ ਬੱਚੇ ਮੇਰੇ ਨਾਲ ਸਹਿਮਤੀ ਦੇ ਨਾਲ ਆਏ ਆ। ਉਹ ਕਹਿੰਦੇ ਕਿ ਮੰਮਾ ਅਸੀਂ ਉੱਥੇ ਨਹੀਂ ਰਹਿਣਾ, ਇੱਥੇ ਹੀ ਰਹਿਣਾ ਤੁਹਾਡੇ ਕੋਲ, ਤਾਂ ਸਰ ਮੈਂ ਆਪਣੇ ਬੱਚੇ ਇੱਥੇ ਲੈ ਕੇ ਆਈ ਹਾਂ। ਹਾਂਜੀ, ਝਗੜਾ ਚੱਲਣ ਦਿਆ ਸੀ, ਮੇਰੇ ਜੇਠ ਜਿਠਾਣੀ ਆ ਨਾ ਉਹਨਾਂ ਦੇ ਪਿੱਛੇ ਲੱਗ ਕੇ, ਅਤੇ ਉਹਨਾਂ ਦੇ ਸਾਰੀਆਂ ਉਹਨਾਂ ਦੇ ਜੋ ਕਹਿੰਦੇ ਸੀ ਉੱਦਾਂ ਹੀ ਕਰੀ ਜਾਂਦੇ। ਮੇਰੀ ਸੱਸ ਵੀ ਕਹਿੰਦੇ ਕਿ ਘਰੋਂ ਕੱਢਣਾ ਤੈਨੂੰ, ਬਸ ਕਿਸੇ ਤਰੀਕੇ ਤੇ ਤੇਰੇ ਬੱਚੇ ਰੋਲਣੇ। ਇਸ ਮਾਮਲੇ ਸੰਬੰਧੀ ਥਾਣਾ ਝਬਾਲ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਆਰੋਪੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਜਿਹੜਾ ਮਨਦੀਪ ਕੌਰ ਆ, ਵਾਈਫ ਆਫ ਜਗਰਾਜ ਸਿੰਘ, ਇਹਨਾਂ ਦੋਨਾਂ ਦਾ ਮੀਆਂ ਬੀਬੀ ਦਾ ਡਿਸਪਿਊਟ ਚੱਲ ਰਿਹਾ ਜੀ। ਪਤਾ ਲੱਗਾ ਕਿ ਮਨਦੀਪ ਕੌਰ ਜਿਹੜੀ ਆ ਆਪਣੇ ਦੋਨਾਂ ਬੇਟੀਆਂ ਲੈ ਕੇ ਅਤੇ ਛਾੜਾ ਸਾਹਿਬ ਨੂੰ ਜਾ ਰਹੀ ਸੀ ਅਤੇ ਨਾਲ ਇਹਦੀ ਸਿਸਟਰ ਸੀ, ਅਤੇ ਐਕਸੀਡੈਂਟ ਹੋਇਆ ਵਾ, ਉਹ ਵੈਰੀਫਾਈ ਕਰ ਰਹੇ ਹਾਂ, ਜੋ ਵੀ ਸਾਹਮਣੇ ਆਇਆ ਉਹ ਕਾਰਵਾਈ ਕੀਤੀ ਜਾਊਗੀ। ਉਹ ਤਸਦੀਕ ਕਰ ਰਹੇ ਸੀ ਜੀ, ਤਸਦੀਕ ਕਰ ਰਹੇ ਜੀ ਵੀ ਐਕਸੀਡੈਂਟ ਹੋਇਆ ਅਤੇ ਕਿੱਦਾਂ ਹੋਇਆ ਜੀ।